ਲੋਕ ਸਭਾ ਦੇ ਸੈਸ਼ਨ ਬਾਰੇ ਗੱਲ ਕਰ ਰਹੇ ਸੀ, ਜੀ ਉਹਦੇ ਨਾਲ ਹੀ ਜੁੜੀ ਇੱਕ ਵੱਡੀ ਖਬਰ ਹੈ ਜਿਹੜੀ ਪੰਜਾਬ ਨਾਲ ਜੁੜੀ ਹੋਈ ਹੈ ਜੀ। ਉਹਦੇ ਵਿੱਚ ਕਾਫੀ ਅਜੇ ਉਲਝਣ ਹੈ, ਅਸਪਸ਼ਟਤਾ ਹੈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਲੈ ਕੇ, ਉਹ ਕੱਲ ਨੂੰ ਸਹੁੰ ਚੁੱਕ ਸਮਾਗਮ ਦੇ ਵਿੱਚ ਪਹੁੰਚ ਸਕਣਗੇ ਜਾਂ ਨਹੀਂ ਜੀ, ਇਹ ਥੋੜਾ ਜਿਹਾ ਸਪਸ਼ਟ ਕਰੋ ਸਾਨੂੰ ਵੀ, ਦਰਸ਼ਕਾਂ ਨੂੰ ਵੀ ਜੀ। ਦੇਖੋ ਇਸ ਵੇਲੇ ਜਿਹੜੀ ਗੱਲ ਹੈ ਨਾ ਕਿ ਅੰਮ੍ਰਿਤਪਾਲ ਸਿੰਘ ਸਹੁੰ ਚੁੱਕਣਗੇ ਕਿ ਨਹੀਂ ਜੀ, ਇਹ ਚਲੋ ਬਾਅਦ ਦੇ ਵਿੱਚ ਖੋਲ੍ਹ ਲੈਂਦੇ ਹਾਂ। ਮੈਂ ਤੁਹਾਨੂੰ ਇੱਕ ਵੱਡੀ ਖਬਰ ਹੋਰ ਦੱਸ ਦਿੰਦਾ ਜੀ ਕਿ ਜਿਹੜਾ ਇੱਕ ਹੋਰ ਮੈਂਬਰ ਪਾਰਲੀਮੈਂਟ ਜੇਲ੍ਹ 'ਚੋਂ ਹੀ ਜਿੱਤਿਆ, ਇੰਜੀਨੀਅਰ ਰਸ਼ੀਦ, ਰਸ਼ੀਦ ਉਸਨੂੰ ਕੋਰਟ ਨੇ ਇੰਟਰਮ ਰਿਹਾਈ ਦੇਣ ਵਾਸਤੇ ਨਾ ਕਰ ਦਿੱਤੀ, ਨਾ ਕਰਤੀ ਬਿਲਕੁਲ। ਇਹ ਇੱਕ ਵੱਡੀ ਅਪਡੇਟ ਹੈ ਇਸ ਮਾਮਲੇ ਦੇ ਵਿੱਚ ਕਿ ਸੁਣਵਾਈ ਜਿਹੜੀ ਆ ਉਹ ਜੁਲਾਈ ਦੀ ਸ਼ਾਇਦ 2 ਤੱਕ ਮੁਲਤਵੀ ਆ, ਮਤਲਬ ਕਿ ਸਹੁੰ ਉਦੋਂ ਤੱਕ ਚੁੱਕੀ ਜਾ ਚੁੱਕੀ ਹੋਏਗੀ ਜੀ। ਯਾਨੀ ਜਿਹੜੇ ਮੈਂਬਰ ਪਾਰਲੀਮੈਂਟ ਆ ਉਹਨਾਂ ਦੇ ਤੇ ਆ 2 ਦਿਨਾਂ ਦੇ ਵਿੱਚ ਹੀ ਹੋ ਜਾਣਾ, ਸਹੁੰ ਚੁੱਕਣ ਵਾਲੇ ਸਮਾਗਮ ਹੋ ਜਾਣਾ। ਹਾਂਜੀ, ਜਿਹੜੇ ਸਾਰੇ ਪ੍ਰੋਗਰਾਮ ਰੱਖੇ ਹੋਏ ਨੇ ਉਹ ਡਨ ਹੋ ਜਾਣੇ ਜੀ। ਤਾਂ ਇਹਦਾ ਮਤਲਬ ਹੈ ਕਿ ਵਿਸ਼ੇਸ਼ ਕੋਰਟ ਨੇ ਰਸ਼ੀਦ ਨੂੰ ਝਟਕਾ ਦਿੱਤਾ ਇਸ ਮਾਮਲੇ ਜੀ। ਹਾਲਾਂਕਿ ਉੱਥੇ ਜਾ ਕੇ ਜਦੋਂ NIA ਜਾ ਕੇ ਲਿਖਤੀ ਦੇਵੇਗੀ, ਉਸ ਤੋਂ ਬਾਅਦ ਬਹਿਸ ਹੋਏਗੀ ਮੁਕੰਮਲ ਤੌਰ 'ਤੇ, ਫਿਰ ਹੀ ਕੋਈ ਉੱਥੋਂ ਆਰਡਰ ਜਿਹੜਾ ਪਾਸ ਹੋਏਗਾ ਜੀ। ਚਲੋ ਇਹ ਇਸੇ ਤਰ੍ਹਾਂ ਦੀ ਉਹੀ ਖਬਰ ਹੈ ਕਿ ਅੰਮ੍ਰਿਤਪਾਲ ਸਿੰਘ ਸ਼ਾਇਦ ਸਹੁੰ ਨਹੀਂ ਚੱਕ ਸਕਣਗੇ। ਉਹਦਾ ਇੱਕ ਵੱਡਾ ਕਾਰਨ ਹੈ, ਮੈਂ ਉਹਨਾਂ ਦੇ ਸਿਆਸੀ ਮੈਂਟੋਰ ਕਹਿ ਲਓ ਜਾਂ ਵਕੀਲ ਕਹਿ ਲਓ ਰਾਜਦੇਵ ਸਿੰਘ ਖਾਲਸਾ, ਉਹਨਾਂ ਨਾਲ ਮੈਂ ਕਾਫੀ ਲੰਮੀ ਚੌੜੀ ਗੱਲ ਕੀਤੀ ਅੱਜ ਜੀ। ਉਹਨਾਂ ਨੂੰ ਪੁੱਛਿਆ ਕਿਉਂਕਿ ਵਕੀਲ ਨੇ ਉਹ ਜੀ ਜੀ, ਉਹਨਾਂ ਨੂੰ ਇਸ ਚੀਜ਼ ਦਾ ਹਮੇਸ਼ਾ ਕਹਿ ਲਓ ਕਿ ਵਾਧਾ ਹੈ ਕਿ ਉਹ ਵਕੀਲ ਦੇ ਨਾਲ ਨਾਲ MP ਵੀ ਰਹਿ ਚੁੱਕੇ ਆ। ਜਿਹੜੇ ਬੰਦੇ ਕੋਲ ਇਸ ਤਰ੍ਹਾਂ ਦੇ ਤਜਰਬੇ ਹੁੰਦੇ ਆ ਉਹ ਕੁਛ ਨਾ ਕੁਛ ਤੁਹਾਨੂੰ ਰਾਏ ਪਾ ਦਿੰਦਾ ਜੀ। ਮੈਂ ਉਹਨਾਂ ਨੂੰ ਕਾਫੀ ਸਵਾਲ ਕੀਤੇ ਸੀ ਇਸ ਬਾਬਤ ਕਿ ਖਾਲਸਾ ਜੀ ਥੋੜ੍ਹਾ ਸਪਸ਼ਟ ਕਰੋ ਜੀ, ਤਾਂ ਉਹਨਾਂ ਦਾ ਕਹਿਣਾ ਸੀਗਾ, ਉਹ ਕਹਿੰਦੇ ਕਿ ਦੇਖ ਮਿੰਟੂ ਗੱਲ ਇਹ ਹੁੰਦੀ ਹੈ ਕਿ ਸਭ ਤੋਂ ਪਹਿਲਾਂ ਜਿਹੜੇ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਆ ਜੀ, ਉਹਨਾਂ ਦੇ ਜਿਹੜੇ ਕੰਟੈਕਟ ਨੰਬਰ ਹੁੰਦੇ ਆ ਉਹਨਾਂ 'ਤੇ ਕਾਲ ਆਉਂਦੀ ਹੈ, ਸੱਦਾ ਆਉਂਦਾ ਠੀਕ ਹੈ ਜੀ, ਕਿ ਇਸ ਦਿਨ ਤੁਹਾਡਾ ਲਿਸਟ ਦੇ ਵਿੱਚ ਨਾ ਆ ਤੁਹਾਡੀ ਸਟੇਟ ਦਾ, ਅਤੇ ਤੁਸੀਂ ਆ ਕੇ ਉੱਥ ਲਵੋ ਠੀਕ ਹੈ ਜੀ। ਉਹ ਕਹਿੰਦੇ ਕਿ ਹੁਣ ਤੁਸੀਂ ਆਪ ਹੀ ਸੋਚੋ ਕਿ ਜਿਸ ਬੰਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਜੀ ਉਹ ਵਿਅਕਤੀ ਤਾਂ ਜੇਲ੍ਹ ਦੇ ਵਿੱਚ ਬੈਠਾ, ਉਹਦਾ ਕੋਈ ਕੰਟੈਕਟ ਤਾਂ ਚੱਲ ਨਹੀਂ ਰਿਹਾ ਹੋਏਗਾ। ਹੁਣ ਜਿਹੜਾ ਵੀ ਕੰਟੈਕਟ ਦਿੱਤਾ ਹੈ, ਫਰਜ਼ ਕਰੋ ਜੇਲ੍ਹ ਦਾ ਜਾਂ ਮੇਰਾ ਜੀ ਕਿਸੇ ਦਾ ਵੀ ਹੈ, ਉਹਦੇ 'ਤੇ ਸੱਦਾ ਲੱਗਾ ਜੀ। ਹੁਣ ਜਿਹੜਾ ਜੇਲ੍ਹ ਪ੍ਰਸ਼ਾਸਨ ਹੈ ਉਹਦੇ ਕੋਲ ਕੋਈ ਆਰਡਰ ਨਹੀਂ ਹੈ ਜੀ, ਅਤੇ ਜਿਹੜੇ ਸੱਦੇ ਦੇਣ ਵਾਲੇ ਹੁੰਦੇ ਆ ਉਹ ਹੁੰਦੇ ਆ ਜਿਵੇਂ ਮੰਨ ਲਓ ਕਿ ਲੋਕ ਸਭਾ ਦਾ ਕੋਈ ਸੈਕਟਰੀ ਆ ਜਾਂ ਅਸਿਸਟੈਂਟ ਸੈਕਟਰੀ ਆ, ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਰਸਮ ਜਿੱਦਾਂ ਕਹਿ ਲਓ ਕਿ ਪੂਰੀ ਕਰਨੀ ਹੁੰਦੀ ਹੈ ਜਾਂ ਚੀਜ਼ਾਂ ਕਰਨੀਆਂ ਹੁੰਦੀਆਂ ਨੇ। ਹੁਣ ਆ ਗਈ ਗੱਲ ਦੂਜੀ ਜੀ ਕਿ ਬਈ ਸਾਡੇ ਕੋਲ ਜੋ ਆਪਸ਼ਨ ਬਚਦਾ, ਖਾਲਸਾ ਜੀ ਕਹਿ ਰਹੇ ਸਨ ਜੀ ਕਿ ਸਾਡੇ ਕੋਲ ਆਪਸ਼ਨ ਬਚਦਾ ਹੈ ਕਿ ਅਸੀਂ ਫਿਰ ਇਸ ਤੋਂ ਬਾਅਦ, ਕਿਉਂਕਿ ਸਾਡਾ ਕੇਸ ਜਿਹੜਾ ਹੈ ਉਹ ਲਗਭਗ ਤਿਆਰ ਹੋ ਜਾਏਗਾ ਜੀ ਜੀ, ਅਸੀਂ ਜਾ ਕੇ ਕੋਰਟ ਨੂੰ ਕਹਾਂਗੇ ਕਿ ਬਈ ਸਾਨੂੰ ਇਹਨਾਂ ਨੇ ਸਹੁੰ ਚੁੱਕ ਸਮਾਗਮ ਦੇ ਵਿੱਚ ਸ਼ਾਮਲ ਨਹੀਂ ਕਰਵਾਇਆ ਜਾਂ ਨਹੀਂ ਹੋਏ ਅਸੀਂ ਜੀ, ਕਿਉਂਕਿ ਉਹ ਕਹਿੰਦੇ ਆ ਕਿ ਮੈਂ ਖੁਦ 30 ਦਿਨਾਂ ਬਾਅਦ ਸਹੁੰ ਚੁੱਕੀ ਸੀ, ਇਹ ਗੱਲਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ, ਮਤਲਬ ਕਿ ਸਾਡੇ ਕੋਲ 60 ਦਿਨ ਦਾ ਸਮਾਂ ਹੋਏਗਾ, 60 ਦਿਨ ਦੇ ਵਿੱਚ ਸਹੁੰ ਚੁੱਕਣੀ ਜ਼ਰੂਰੀ ਹੁੰਦੀ ਹੈ, ਜਦੋਂ ਮਰਜ਼ੀ ਚੱਕ ਲਓ ਜੀ, ਇਹ ਨਹੀਂ ਹੈ ਕਿ ਕੱਲ੍ਹ ਹੀ ਮੌਕਾ ਹੈ ਕਿ ਬਸ ਅੰਤਮ ਮੌਕਾ ਹੈ, ਉਹ ਕਹਿੰਦੇ ਕਿ ਮੈਂ ਖੁਦ ਦਾ ਸਮਾਂ ਹੈ ਹਾਂਜੀ ਲਗਭਗ 2 ਮਹੀਨੇ ਬਣ ਗਏ, ਤਾਂ ਉਹ ਕਹਿੰਦੇ ਆ ਕਿ ਬਈ ਮੈਂ ਖੁਦ 1 ਮਹੀਨੇ ਬਾਅਦ ਸਹੁੰ ਚੁੱਕੀ ਸੀ ਜਦੋਂ ਮੈਂ ਮੈਂਬਰ ਪਾਰਲੀਮੈਂਟ ਬਣਿਆ ਸਾਂ, ਤਾਂ ਇਹਦਾ ਮਤਲਬ ਹੈ ਕਿ ਸਮਾਂ ਜਿਹੜਾ ਹੈ ਉਹ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਕੋਲ ਹਾਲੇ ਹੈਗਾ ਆ ਜੀ। ਹੁਣ ਰਹੀ ਗੱਲ ਕਿ ਬਈ ਦੂਸਰਾ ਬਦਲ, ਜਿਵੇਂ ਉਹ ਕਹਿ ਰਿਹਾ ਕਿ ਅਸੀਂ ਇਸ ਨੂੰ ਗਰਾਊਂਡ ਬਣਾ ਕੇ
ਗੱਲ ਨੂੰ ਆਧਾਰ ਬਣਾ ਕੇ ਕਿ ਜੋ ਸਹੁੰ ਚੁੱਕਣੀ ਸਾਡਾ ਅਧਿਕਾਰ ਹੈ ਉਹਦਾ ਪਾਲਣ ਕਰਵਾਇਆ ਜਾਵੇ ਜੀ। ਉਸ ਤੋਂ ਬਾਅਦ ਫਿਰ ਇਹ ਸਹੁੰ ਚੁੱਕਣ ਦਾ ਰਸਤਾ ਪੱਧਰਾ ਹੋ ਜਾਏਗਾ। ਤਾਂ ਫਿਰ ਮੈਂ ਉਹਨਾਂ ਨੂੰ ਇੱਕ ਹੋਰ ਸਵਾਲ ਕੀਤਾ ਸੀਗਾ, ਮੈਂ ਕਿਹਾ ਜੀ ਦੇਖੋ ਫਿਰ ਸੈਸ਼ਨ 'ਤੇ ਚੱਲਦੇ ਰਹਿੰਦੇ ਆ ਜੀ, ਗਤੀਵਿਧੀਆਂ 'ਤੇ ਤੁਰਦੀਆਂ ਰਹਿੰਦੀਆਂ, ਸੈਸ਼ਨ ਹੁੰਦੇ ਰਹਿੰਦੇ, ਬੈਠਕਾਂ ਹੁੰਦੀਆਂ, ਵੋਟਿੰਗ ਆ ਗਈ, ਕਦੇ ਕੁਛ ਆ ਗਿਆ, ਬਿੱਲ ਆ ਗਿਆ, ਬਹਿਸ ਆ ਗਈ, ਬਹੁਤ ਕੁਛ ਆ, ਬਹੁਤ ਕੁਛ ਆ। ਬਿਲਕੁਲ, ਇਹਦਾ ਮਤਲਬ ਇਹ ਆ ਕਿ ਤੁਹਾਨੂੰ ਹਰ ਵਾਰੀ ਹਰ ਵਾਰੀ ਤੁਹਾਨੂੰ ਕੋਰਟ ਦੇ ਕੋਲ ਜਾਣਾ ਪਊਗਾ, ਪਰਮਿਸ਼ਨ ਲੈਣੀ ਪਊ ਹਰ ਗੱਲ। ਉਹ ਕਹਿੰਦੇ ਕਿ ਬਿਲਕੁਲ ਇਹ ਗੱਲ ਤੁਹਾਡੀ ਠੀਕ ਆ ਕਿ ਦੇਖੋ ਇਹ ਤਾਂ ਤੈਅ ਹੈ ਜੀ, ਅਤੇ ਸੰਵਿਧਾਨ ਜਾਂ ਸੁਪਰੀਮ ਕੋਰਟ ਇਹਦੇ ਵਿੱਚ ਬਹੁਤ ਵੱਡੀ ਇੱਕ ਸਹੂਲੀਅਤ ਦਿੰਦਾ ਕਿ ਸਹੁੰ ਹਰੇਕ ਮੈਂਬਰ ਪਾਰਲੀਮੈਂਟ ਨੂੰ ਜੀ ਚੁੱਕਣੀ ਪਊਗੀ ਜਾਂ ਚੁਕਵਾਉਣੀ ਪਊਗੀ, ਪਰ ਸੰਵਿਧਾਨ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਇਹ ਕਿਤੇ ਵੀ ਕਹਿ ਲਓ ਕਿ ਪ੍ਰਬੰਧ ਦੇ ਤੌਰ 'ਤੇ ਦਰਜ ਨਹੀਂ ਹੈਗੀਆਂ ਜੀ। ਮਤਲਬ ਕਿ ਇਹਨਾਂ ਬਾਰੇ ਸਪੱਸ਼ਟਤਾ ਨਹੀਂ ਹੈਗੀ। ਤਾਂ ਸਪੱਸ਼ਟਤਾ ਤੋਂ ਮਤਲਬ ਇਹ ਆ ਕਿ ਦੇਖੋ 60 ਦਿਨ ਜੇ ਤੁਸੀਂ ਗੈਰ ਹਾਜ਼ਰ ਰਹਿੰਦੇ ਹੋ ਜੀ, ਬੈਠਕਾਂ 'ਚ ਹਿੱਸਾ ਨਹੀਂ ਲੈਂਦੇ ਬਤੌਰ ਮੈਂਬਰ ਪਾਰਲੀਮੈਂਟ 'ਤੇ, ਤੁਹਾਡੀ ਮੈਂਬਰਸ਼ਿਪ ਜਾਂਦੀ ਲੱਗੇਗੀ ਜੀ। ਬਿਲਕੁਲ, ਉਹ ਕਹਿੰਦੇ ਕਿ ਉਹਦੇ ਵਾਸਤੇ ਇਹਨਾਂ ਨੇ ਜੋ ਸਪੀਕਰ ਹੈ ਉਹਨਾਂ ਨੂੰ ਤਾਕਤ ਦਿੱਤੀ ਹੋਈ ਹੈ ਸਪੀਕਰ ਸਾਹਿਬ ਨੂੰ ਕਿ ਕੋਈ ਕਵੇ ਕਿ ਬਾਈ ਮੈਂ ਮਤਲਬ ਕਿ ਭਾਗ ਨਹੀਂ ਲੈ ਸਕਦਾ, ਕੋਈ ਬਿਮਾਰ ਹੈ ਜਾਂ ਜੇਲ੍ਹ ਦੇ ਵਿੱਚ ਆ, ਤਾਂ ਉਹ ਛੋਟ ਵੀ ਦੇ ਸਕਦੇ ਆ ਜੀ, ਉਹ ਵੀ ਗੱਲ ਜਿਹੜੀ ਆ ਉਹ ਬਣ ਜਾਂਦੀ ਆ। ਪਰ ਰਹੀ ਗੱਲ ਜਿਹੜੀ ਆ ਜਿਹੜੀ ਆਪਾਂ ਕਰਦੇ ਪਏ ਹਾਂ ਕਿ ਹਰੇਕ ਵਾਰੀ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਾਨੂੰਨੀ ਤੌਰ 'ਤੇ ਅੜਚਨ ਆ ਜਾਏਗੀ, ਅੱਗੇ ਵੀ ਆਏਗੀ ਹਰ ਵਾਰੀ, ਹਰ ਵਾਰੀ ਜਦੋਂ ਵੀ ਤੁਸੀਂ ਕਿਸੇ ਬੈਠਕ 'ਚ ਹਿੱਸਾ ਲੈਣਾ ਹੈ, ਵੋਟਿੰਗ 'ਚ ਹਿੱਸਾ ਲੈਣਾ ਹੈ, ਜਾਂ ਮਤਲਬ ਕਿ ਕੋਈ ਵੀ ਗਤੀਵਿਧੀ ਹੈ ਸਦਨ ਦੀ, ਜੇ ਇਹ ਚੀਜ਼ ਸਪਸ਼ਟ ਵੀ ਹੈਗੀ ਆ ਵੀ ਇੱਕ ਬੰਦਾ ਜੇਲ੍ਹ ਦੇ ਵਿੱਚ ਬੈਠਾ ਉਹ ਹੈ ਵੀ ਬਹੁਤ ਦੂਰ, ਅਤੇ ਜੇ ਪੰਜਾਬ ਦੇ ਵਿੱਚ ਕੋਈ ਗਤੀਵਿਧੀ ਹੁੰਦੀ ਹੈ ਤਾਂ ਆਉਣ ਵਾਸਤੇ ਪਰਮਿਸ਼ਨ ਤਾਂ ਫਿਰ ਲੈਣੀ ਪਿਆ ਕਰਨੀ ਹੈ। ਨਹੀਂ ਪੰਜਾਬ 'ਚ ਨਹੀਂ, ਲੋਕ ਸਭਾ ਦੀ ਗੱਲ ਕਰ ਰਹੇ ਨੇ ਜੀ, ਕਿਉਂਕਿ ਉਹ ਲੋਕ ਸਭਾ ਦੇ ਮੈਂਬਰ ਹੈ, ਪੰਜਾਬ ਦੇ ਵਿੱਚ ਉਹਨਾਂ ਦਾ ਕੋਈ ਕੰਮ ਨਹੀਂ। ਜੋ ਵੀ ਕੋਈ ਗਤੀਵਿਧੀ ਹੁੰਦੀ ਹੈ ਜੀ ਕੇਂਦਰ ਦੇ ਨਾਲ ਵੀ ਲਾ ਲਓ ਸੀ, ਗੱਲ ਇਹ ਆ ਕਿ ਮੰਤਰੀ ਤੌਰ ਤੇ, ਹਾਂਜੀ, ਜੇ ਉੱਥੇ ਤੁਸੀਂ ਦੇਖੋਗੇ ਨਾ ਤਾਂ ਉਹੀ ਆਪਾਂ ਗੱਲ ਕਰਦੇ ਪਏ ਹਾਂ ਕਿ ਸੈਸ਼ਨ, ਬਜਟ ਸੈਸ਼ਨ ਆ ਗਿਆ, ਸਰਦ ਰੁੱਤ ਦਾ ਆ ਗਿਆ, ਗਰਮ ਰੁੱਤ ਦਾ ਆ ਗਿਆ, ਮੌਨਸੂਨ ਸੈਸ਼ਨ ਆ ਜਾਣਾ ਹੈਗਾ, ਤਾਂ ਇਹ ਸਾਰੇ ਜਿਹੜੇ ਸੈਸ਼ਨ ਆ ਉਹਦੇ ਵਿੱਚ ਇਹ ਅੜਿੱਕਾ ਪਵੇਗਾ ਜੀ। ਪੰਜਾਬ ਨਾਲ ਕੋਈ ਜ਼ਿਆਦਾ ਤਾਲੁਕਾਤ ਨਹੀਂ ਇਹਨਾਂ ਚੀਜ਼ਾਂ ਦਾ, ਪਰ ਉੱਥੇ ਸਦਨ ਜਿਹੜੀ ਸਭਾ ਹੁੰਦੀ ਹੈ, ਬੈਠਕ ਹੁੰਦੀ ਹੈ, ਉਹਦੇ ਮੁਤਲਕ ਕਿਤੇ ਨਾ ਕਿਤੇ ਇਹ ਸੰਸਾ ਹੈਗਾ। ਰਾਜਦੇਵ ਸਿੰਘ ਖਾਲਸਾ ਨੇ ਵੀ ਮੰਨਿਆ ਕਿ ਇਹ ਅੜਚਨ ਸਾਨੂੰ ਦਰਪੇਸ਼ ਰਹੇਗੀ ਰਹੇਗੀ ਜੀ। ਫਿਰ ਮੈਂ ਇੱਕ ਸਵਾਲ ਹੋਰ ਵੀ ਜਾਂਦਿਆਂ ਮੈਂ ਕਿਹਾ ਲਾਹਾ ਤੇ ਲੈ ਹੀ ਲਈਏ ਜੀ। ਬਿਲਕੁਲ, ਮੈਂ ਕਿਹਾ ਜੀ ਹੁਣ ਕਿਵੇਂ, ਚਲੋ ਮੈਂਬਰ ਪਾਰਲੀਮੈਂਟ ਵਾਲੀ ਤੇ ਚੋਣ ਤੁਸੀਂ ਜਿੱਤ ਗਏ, ਹੁਣ ਕਿਵੇਂ SGPC ਵਾਲੀ ਵੀ ਬਾਜੀ ਖੇਡੋਗੇ ਜੀ, SGPC ਵਾਲਾ ਇਲੈਕਸ਼ਨ ਲੜੋਗੇ? ਤਾਂ ਉਹ ਕਹਿੰਦੇ ਜੀ ਇਹ ਤੇ ਹੁਣ ਭਾਈ ਸਾਹਿਬ ਤੈਅ ਕਰਨਗੇ, ਪਰ ਇਨਕਾਰ ਨਹੀਂ ਕੀਤਾ ਉਹਨਾਂ ਨੇ ਜੀ। ਉਹ ਕਹਿੰਦੇ ਕਿ ਸੰਭਾਵਨਾਵਾਂ ਪੂਰੀ, ਸੰਭਾਵਨਾਵਾਂ ਪ੍ਰਬਲ ਨੇ ਜੀ ਜੀ। ਆਪਾਂ ਕਮੈਂਟ ਲੈਂਦੇ ਹਾਂ, ਰਾਵ ਜੀ ਨੇ ਬ੍ਰੈਂਪਟਨ ਤੋਂ ਆਪਣੇ ਨਾਲ ਜੁੜੇ ਹੋਏ ਆ, ਜੈਜ਼ੀ ਮਿਰਜ਼ਾ ਜੀ USA ਤੋਂ ਜੁੜੇ ਹੋਏ ਨੇ, ਹੋਰ ਵੀ ਦੇਸ਼ਾਂ ਵਿਦੇਸ਼ਾਂ ਦੇ ਬਹੁਤ ਸਾਰੇ ਦੋਸਤ ਆਪਣੇ ਨਾਲ ਜੁੜੇ ਆ, ਸਾਰਿਆਂ ਦਾ ਸਵਾਗਤ ਹੈ ਜੀ, ਧੰਨਵਾਦ ਤੁਹਾਡਾ। ਇੱਕ ਸਵਾਲ ਸੀਗਾ ਮਿੰਟੂ ਜੀ, ਅੱਗੇ ਲੰਘ ਗਿਆ ਮੇਰੇ ਤੋਂ ਜੀ ਜੀ, ਉਹਨਾਂ ਨੇ ਪੁੱਛਿਆ ਸੀ ਗਰਗ ਜੀ, ਧੰਨਵਾਦ ਜੀ ਤੁਹਾਡਾ, ਅਤੇ ਗੁਰਸਤਵੀਰ ਸਿੰਘ ਜੀ ਧੰਨਵਾਦ ਜੀ ਜੀ। ਸਾਹਿਬ ਕਾਲੋਂ ਕਹਿ ਰਹੇ ਨੇ ਕਿ ਅੰਮ੍ਰਿਤਪਾਲ ਸਿੰਘ ਅਗਰ ਸਹੁੰ ਚੁੱਕ ਸਮਾਗਮ 'ਚ ਨਹੀਂ ਪਹੁੰਚਦੇ ਤਾਂ ਖਡੂਰ ਸਾਹਿਬ ਦੇ ਇਲੈਕਸ਼ਨ ਦੁਬਾਰਾ ਹੋਣਗੇ ਜੀ ਜੀ। ਉਹਦੇ 'ਤੇ ਮੈਨੂੰ ਲੱਗਦਾ ਤੁਹਾਡੇ ਵਾਸਤੇ ਕੰਪਲੀਮੈਂਟ ਹੈ, ਕਹਿੰਦੇ ਕਹਿੰਦੇ ਵੀਰ ਨੇ ਜਲਦੀ ਪਿਕਅਪ ਕੀਤਾ, ਕਿਆ ਬਾਤ ਹੈ ਜੀ, ਧੰਨਵਾਦ ਜੀ, ਸ਼ੁਕਰੀਆ ਤੁਹਾਡਾ ਬਹੁਤ ਬਹੁਤ। ਇਹੀ ਚੀਜ਼ ਹੁੰਦੀ ਹੈ ਕਿ ਜਦੋਂ ਤੁਸੀਂ ਆਪਣੇ ਆਪ 'ਤੇ ਵਰਕਆਊਟ ਕਰਦੇ ਹੋ, ਕੋਈ ਵੀ ਚੀਜ਼ ਸੰਭਵ ਨਹੀਂ ਹੈ ਜੀ। ਹਮੇਸ਼ਾ ਮੈਂ ਕਹਿੰਦਾ ਕਿ ਬਾਈ ਗੱਲ ਇਹ ਆ ਕਿ ਜਦੋਂ ਬੰਦਾ ਸਾਈਕਲ ਚਲਾਉਣਾ ਸਿੱਖਦਾ ਹੈ ਨਾ, ਤਾਂ ਕਈ ਵਾਰ ਡਿੱਗਦਾ, ਕਈ ਵਾਰ ਡਿੱਗਦਾ, ਅਤੇ ਮੁੜ ਕੇ ਜਦੋਂ ਚਲਾਉਣਾ ਆ ਜਾਂਦਾ ਨਾ, ਫਿਰ
ਹੈਂਡਲ ਛੱਡ ਛੱਡ ਕੇ ਪੈਡਲ ਮਾਰਦਾ। ਸੋ ਇਹੀ ਚੀਜ਼ਾਂ ਨੇ ਹੌਲੀ ਹੌਲੀ। ਸ਼ੇਰੀ ਬਹੁਤ ਵੱਡੀ ਹੈ ਭਾਜੀ। ਨਹੀਂ 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 ਕੋਈ ਕੋਈ ਗੱਲ ਨਹੀਂ ਆ ਜੀ, ਸਭ ਕੁਛ ਇਦਾਂ ਹੀ ਹੋਣਾ ਚਾਹੀਦਾ। ਤੇ ਗੱਲ ਇਹ ਆ ਕਿ ਜਿਹੜਾ ਇਹ ਸਵਾਲ ਕਰ ਰਹੇ ਨੇ ਕਿ ਖਡੂਰ ਸਾਹਿਬ ਦਾ ਇਲੈਕਸ਼ਨ ਦੁਬਾਰਾ ਹੋਏਗਾ ਜੇਕਰ ਸਹੁੰ ਨਹੀਂ ਚੁੱਕੀ ਜਾਂਦੀ। ਜੀ ਜੀ, ਦੇਖੋ ਸਹੁੰ ਚੁੱਕਣ ਵਾਸਤੇ 60 ਦਿਨ ਦਾ ਸਮਾਂ ਹੈ ਜੀ। ਜੇ ਮੰਨ ਲਓ ਉਹ ਇਰਾਦਾ ਕਰ ਲੈਂਦੇ ਕਿ ਨਹੀਂ ਜਾਣਾ ਸਹੁੰ ਚੁੱਕਣ, ਜਾਂ ਸਹੁੰ ਚੁੱਕਣ ਤੋਂ ਇਨਕਾਰ ਕਰ ਦਿੱਤਾ ਜਾਂਦਾ, ਫਿਰ ਤਾਂ ਗੱਲ ਸੰਭਵ ਹੈ ਜੀ ਕਿ ਮੈਂਬਰਸ਼ਿਪ ਜਾਂਦੀ ਲੱਗੇਗੀ। ਜੇ ਉਹ ਕੋਰਟ ਰਾਹੀਂ ਪਰਮਿਸ਼ਨ ਲੈਂਦੇ ਆ, ਕੋਰਟ ਆਰਡਰ ਕਰਦਾ ਹੈ ਜੀ, ਕਿਉਂਕਿ ਜਿੰਨਾ ਕੁ ਮੈਂ ਰਾਜਦੇਵ ਸਿੰਘ ਖਾਲਸਾ ਹੋਰਾਂ ਦੇ ਨਾਲ ਗੱਲਬਾਤ ਕਰਕੇ ਨਿਚੋੜ ਕੱਢ ਸਕਿਆ ਉਹ ਇਹੋ ਆ ਜੀ, ਉਹਨਾਂ ਨੇ ਸਿੱਧਾ ਹਾਈਕੋਰਟ ਹੀ ਜਾਣਾ, ਸੋਰੀ ਸੁਪਰੀਮ ਕੋਰਟ ਜਾਣਾ, ਕਿਉਂਕਿ ਛੋਟੀਆਂ ਕੋਰਟਾਂ ਜਿੱਦਾਂ ਮਸਲਨ ਕਿ ਕੋਈ ਲਟਕ ਜਾਣੀ, ਹਾਂ ਜੀ, ਸਪੈਸ਼ਲ ਕੋਰਟ ਆ ਜਾਂ ਡਿਸਟ੍ਰਿਕਟ ਕੋਰਟ ਆ, ਉੱਥੇ ਤਾਂ ਨਾ ਹੀ ਆ, ਸਪਸ਼ਟ ਨਾ ਆ। ਜੇ ਹਾਈਕੋਰਟ ਜਾਂਦੇ ਆ ਤਾਂ ਕਈ ਵਾਰ ਮਾਮਲਾ ਜਿਹੜਾ ਬਿਲਕੁਲ ਤੁਸੀਂ ਦਰੁਸਤ ਕਿਹਾ ਕਿ ਲਟਕ ਜਾਂਦਾ ਮਾਮਲਾ, ਕਈ ਕਈ ਹਫ਼ਤੇ ਸੁਣਵਾਈਆਂ ਚੱਲੀ ਜਾਂਦੀਆਂ, ਜਦਕਿ ਸੁਪਰੀਮ ਕੋਰਟ ਨੇ ਤੱਤ ਫੱਟ ਜੋ ਤੁਹਾਡੇ ਅਧਿਕਾਰ ਹੁੰਦੇ ਆ ਨਾ ਉਹਨਾਂ 'ਤੇ ਫੈਸਲਾ ਦੇਣਾ ਹੁੰਦਾ ਹੈ ਜੀ। ਤਾਂ ਇਸ ਕਰਕੇ ਸੁਪਰੀਮ ਕੋਰਟ 'ਚੋਂ ਮੈਨੂੰ ਲੱਗਦਾ ਕਿ ਉਹ ਲੈ ਲੈਣਗੇ, ਪਰਮਿਸ਼ਨ ਲੈ ਲੈਣਗੇ। ਹਾਂ, ਜਿਹੜੀ ਇਹ ਸੰਭਾਵਨਾ ਜਤਾਈ ਜਾ ਰਹੀ ਆ ਕਿ ਸਹੁੰ ਚੁੱਕਣੀ ਹੈ ਜਾਂ ਨਹੀਂ ਚੁੱਕਣੀ, ਉਹ ਵੈਸਾ ਉਹਨਾਂ ਦੀਆਂ ਗੱਲਾਂ ਤੋਂ ਮੈਨੂੰ ਕਿਤੇ ਨਜ਼ਰ ਨਹੀਂ ਆਇਆ ਉਹਨਾਂ ਨੇ ਸਹੁੰ ਚੁੱਕਣੀ। ਆਪ ਵੀ ਉਹ ਲਾ ਰਹੇ ਨੇ ਵੀ ਮੈਨੂੰ ਸਹੁੰ ਚੁੱਕਣ ਦਾ ਮੌਕਾ ਦਿਓ, ਹੈ ਨਾ, ਉਹਨਾਂ ਦਾ ਲੋਕਤੰਤਰੀ ਤੌਰ 'ਤੇ ਉਹਨਾਂ ਦਾ ਹੱਕ ਵੀ ਆ ਜੀ, ਬਿਲਕੁਲ, ਲੋਕਤਾਂਤਰਿਕ ਹੱਕ ਬਣਦਾ ਜੀ ਜੀ, ਅਤੇ ਲੋਕਤਾਂਤਰਿਕ ਹੱਕ ਦੀ ਪਾਲਣਾ ਜਿਹੜੀ ਹੈ ਨਾ ਉਹ ਸੁਪਰੀਮ ਕੋਰਟ ਕਰਵਾ ਦੇਵੇਗੀ ਜੀ। ਬਿੱਕਰ ਸਿੰਘ ਕਹਿ ਰਿਹਾ ਵੀ ਜਿੰਨੀ ਉਹਨਾਂ ਨੂੰ ਤਨਖਾਹ ਮਿਲਣੀ ਉਨੀ ਵਕੀਲਾਂ ਦੀ ਫੀਸ ਲੱਗ ਜਾਣੀ ਆ। ਦੇਖੋ, ਵਕੀਲਾਂ ਦੀ ਫੀਸ ਤਾਂ ਲੱਗਦੀ ਹੁੰਦੀ ਆ ਜੀ, ਵਕੀਲਾਂ ਦੀ ਫੀਸ ਤਾਂ ਲੱਗਣੀ ਲੱਗਣੀ ਆ, ਅਤੇ ਇਹਨਾਂ ਦੇ ਕੋਲ ਵਕੀਲ ਆਪਣੇ ਹੈਗੇ ਨੇ, ਇਹਦੇ 'ਚ ਹੁਣ ਇਹਤੇ ਕੋਈ ਅਤਕਥ ਨਹੀਂ ਹੈ ਨਹੀਂ ਗੀ ਜੀ, ਸਾਰਾ ਕੁਛ ਤੁਹਾਨੂੰ ਪਤਾ ਚੱਲਣ ਡਿਆ। ਜੇ ਐਡਾ ਵੱਡਾ ਇਲੈਕਸ਼ਨ ਲੜਿਆ ਜਾ ਸਕਦਾ ਜੀ, ਤਾਂ ਫਿਰ ਐਡੀ ਛੋਟੀ ਕਾਨੂੰਨ ਦੀ ਲੜਾਈ ਕਿਉਂ ਨਹੀਂ ਲੜੀ ਜਾ ਸਕਦੀ ਜੀ ਜੀ। ਤੁਸੀਂ ਆਪ ਹੀ ਸੋਚੋ ਨਾ ਕਿ ਪਿੱਛੇ ਕਿੰਨਾ ਧਨ ਲੱਗਦਾ, ਕਿੰਨਾ ਬਲ ਲੱਗਦਾ ਹੈ। ਐਮ ਪੀ ਦਾ ਇਲੈਕਸ਼ਨ ਉਹ ਵੀ ਹੋ ਗਿਆ ਨਾ, ਉਹ ਵੀ ਪ੍ਰਬੰਧ ਹੋਏ ਹੀ ਆ, ਉਹ ਵੀ ਚੱਲ ਗਿਆ। ਜਿਸ ਬੰਦੇ ਨੂੰ ਜੇਲ੍ਹ 'ਚ ਬੈਠਿਆ ਜਿੱਤ ਮਿਲ ਗਈ ਆ, ਉਹਦੇ ਵਾਸਤੇ ਸੁਪਰੀਮ ਕੋਰਟ ਦਾ ਇੱਕ ਗੇੜਾ ਵੈਸੇ ਕੋਈ ਵੱਡੀ ਗੱਲ ਨਹੀਂ, ਪਰ ਵਾਰ ਵਾਰ ਜਿਹੜਾ ਜਾਣਾ ਉਹਦੇ 'ਚ ਟਾਈਮ ਦੀ ਬਰਬਾਦੀ ਆ, ਉਹਦੇ 'ਚ ਧਨ ਜਾਂ ਕਹਿ ਲਓ ਕਿ ਤੁਹਾਡੀ ਐਨਰਜੀ, ਉਹ ਸਾਰੀਆਂ ਚੀਜ਼ਾਂ ਲੱਗਦੀਆਂ ਜੀ ਜੀ, ਸਾਫ਼ ਆ ਜੀ। ਕਾਫੀ ਸਾਰੇ ਦੋਸਤਾਂ ਦੇ ਕਮੈਂਟ ਆ ਰਹੇ ਨੇ ਆਪਾਂ ਨੂੰ, ਅਤੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੀ। ਖਬਰ ਦੇ ਨਾਲ ਜੁੜੇ ਜਿਹੜੇ ਕਮੈਂਟ ਆ ਉਹ ਮੈਂ ਲੈਂਦਾ ਰਹੂੰਗਾ ਨਾਲ ਨਾਲ। ਇੱਕ ਪੁੱਛ ਰਹੇ ਨੇ ਗੁਰਲਾਲ ਸਿੰਘ ਜੀ, ਜਾਂ ਕਹਿ ਰਹੇ ਨੇ ਜੀ ਕਿ ਨਿਊਜ਼ 18 ਦੀ ਵੈਬਸਾਈਟ, ਦੇਖੋ ਕਿਸੇ ਦੀ ਵੈਬਸਾਈਟ 'ਤੇ ਕੀ ਲਿਖਿਆ ਕੰਗ ਸਾਹਿਬ, ਉਹਦੇ 'ਚ ਕੋਈ ਉਹ ਚੱਕਰ ਨਹੀਂ ਹੈਗਾ। ਪਰ ਜਿਹੜਾ ਤੁਸੀਂ ਲਿਸਟ ਦਾ ਜ਼ਿਕਰ ਕਰ ਰਹੇ ਹੋ ਨਾ ਕਿ ਲਿਸਟ 'ਚ ਅੰਮ੍ਰਿਤਪਾਲ ਸਿੰਘ ਦਾ ਨਾਂ ਹੈ, ਹਜ਼ੂਰ ਲਿਸਟ ਬਣਦੀ ਹੁੰਦੀ ਹੈ ਸਟੇਟ ਵਾਈਜ਼ ਜੀ। ਜ਼ਾਰਾ ਜੀ ਗੱਲ ਹੈ ਕਿ ਪੰਜਾਬ ਦੀ ਵਾਰੀ ਜਿਹੜੀ ਆਏਗੀ ਸਹੁੰ ਚੁੱਕਣ ਦੀ, ਉਹ ਜਿਸ ਤਰੀਕ ਨੂੰ ਆਏਗੀ, ਲਿਸਟ ਲੱਗ ਗਈ, ਉਹਦੇ ਵਿੱਚ ਅੰਮ੍ਰਿਤਪਾਲ ਸਿੰਘ ਦਾ ਨਾਂ ਤੇ ਆਏਗਾ ਨਾ, ਆਏਗਾ ਬਿਲਕੁਲ, ਕਿਉਂਕਿ ਨਾਂ ਤੇ ਆਏਗਾ। ਹਾਂਜੀ, ਇਹ ਤਾਂ ਕਲੀਅਰ ਹੈ ਵੀ ਉਹ ਜਿੱਤੇ ਨੇ ਨਾਂ ਤੇ, ਇਹ ਵੀ ਆ ਕਿਉਂਕਿ ਅਸੀਂ ਤੁਹਾਨੂੰ ਆਫੀਸ਼ੀਅਲੀ ਰਾਜਦੇਵ ਸਿੰਘ ਖਾਲਸਾ ਦਾ ਵਰਸ਼ਨ ਦੱਸਿਆ ਜੀ, ਕਿ ਉਹਨਾਂ ਨੇ ਤਕਰੀਬਨ ਸਾਫ਼ ਕੀਤਾ ਕਿ ਸ਼ਾਇਦ ਅੰਮ੍ਰਿਤਪਾਲ ਸਿੰਘ ਕੱਲ੍ਹ ਨੂੰ ਸਹੁੰ ਨਹੀਂ ਚੁੱਕਣ ਜਾ ਰਹੇ ਜੀ, ਇਹ ਉਹਨਾਂ ਦੇ ਜ਼ੁਬਾਨੀ ਆ, ਅਸੀਂ ਉਹਨਾਂ ਨਾਲ ਲੰਮੀ ਚੌੜੀ ਗੱਲਬਾਤ ਕੀਤੀ ਆ। ਹਾਂ, ਸਹੁੰ ਤਾਂ ਚੁੱਕਣੀ ਚੁੱਕਣੀ ਆ ਜੀ, ਉਹ ਸਾਰਾ ਤੁਹਾਨੂੰ ਖੋਲ੍ਹ ਕੇ ਦੱਸ ਦਿੱਤਾ ਕਿ ਲੀਗਲੀ ਜਿਹੜਾ ਹੈ ਉਹਦਾ ਹੱਕ ਬਣਦਾ ਮੈਂਬਰ ਪਾਰਲੀਮੈਂਟ ਦਾ ਜੋ ਵੀ ਚੁਣਿਆ ਜਾਂਦਾ। ਤਾਂ ਦੂਜੀ ਗੱਲ ਇਹ ਆ ਕਿ ਲਿਸਟ ਜਿਹੜੀ ਆ ਉਹ ਲਿਸਟ ਜਿਹੜੇ ਐਮ ਪੀ ਆ 13 ਦੇ 13 ਦੀ ਉਹ ਲੱਗਣੀ ਆ ਜੀ, ਬਿਲਕੁਲ। 13 'ਚ ਮੌਜੂਦ ਕਿਹੜੇ ਕਿਹੜੇ ਆ, ਮੈਂ ਤੁਹਾਨੂੰ ਰਸ਼ੀਦ ਦਾ ਜ਼ਿਕਰ ਕੀਤਾ ਬਕਾਇਦਾ ਜੀ, ਕਿ ਉਹਨੂੰ ਕੋਰਟ ਦੇ ਥਰੂ ਵੀ ਕੋਈ ਰਿਆਇਤ ਨਹੀਂ ਮਿਲੀ। ਸੋ ਜ਼ਰਾ ਜੀ ਗੱਲ ਆ ਕਿ ਇਸ ਚੀਜ਼ ਨੂੰ ਥੋੜ੍ਹਾ ਜਿਹਾ ਸਮਝਣਾ ਪਊਗਾ।
ਕਿ ਲਿਸਟ ਜਿਹੜੀ ਉਹ ਸਾਰੇ ਐਮ ਪੀਜ਼ ਦੀ ਲੱਗਣੀ ਆ। ਹੁਣ ਕੌਣ ਉੱਥੇ ਪਹੁੰਚਦਾ ਕੌਣ ਨਹੀਂ ਪਹੁੰਚਦਾ ਇਹ ਤਾਂ ਨਹੀਂ ਹੋ ਸਕਦਾ, ਕੱਲ ਨੂੰ ਕੋਈ ਬਿਮਾਰ ਹੋ ਜਾਵੇ। ਜੀ ਜੀ, ਫਰਜ਼ ਕਰੋ ਰਾਜਾ ਵੜਿੰਗ ਨੇ ਜਾਂ ਕੋਈ ਵੀ ਆ, ਕੋਈ ਉਹਨਾਂ ਨੂੰ ਐਮਰਜੈਂਸੀ ਪੈ ਜਾਂਦੀ ਕਿਸੇ ਨੂੰ, ਤਾਂ ਲਿਸਟ ਕੀ ਕਰੇਗੀ ਉੱਥੇ, ਲਿਸਟ ਕੀ ਕਰੇਗੀ। ਬਾਕੀ ਅੰਮ੍ਰਿਤਪਾਲ ਸਿੰਘ ਵਾਲਾ ਜਿਹੜਾ ਮਸਲਾ ਥੋੜਾ ਹੋਰ ਹੈ। ਜੀ ਜੀ ਬਿਲਕੁਲ, ਉਹੀ ਮੈਂ ਕਹਿ ਰਿਹਾ ਨਾ ਕਿ ਇਸ ਚੀਜ਼ ਨੂੰ ਸਮਝਣਾ ਪਵੇਗਾ ਕਿ ਲਿਸਟ ਤਾਂ ਹਰੇਕ ਸਟੇਟ ਦੀ ਲੱਗੀ ਲੱਗੀ ਆ, ਜਿਹੜੇ ਵੀ ਉਸ ਸਟੇਟ ਨਾਲ ਸੰਬੰਧਿਤ ਐਮ ਪੀਜ਼ ਨੇ ਉਹਨਾਂ ਸਾਰਿਆਂ ਦੇ ਨਾਂ ਲਿਸਟ ਦੇ ਵਿੱਚ ਆਉਣੇ ਨੇ, ਪਰ ਉੱਥੇ ਪਹੁੰਚੇਗਾ ਕਿ ਨਹੀਂ ਪਹੁੰਚੇਗਾ ਕੋਈ, ਇਹ ਇੱਕ ਕਹਿ ਲਓ ਕਿ ਪ੍ਰਸ਼ਨ ਹੈ ਖਾਸ ਤੌਰ 'ਤੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ। ਸੋ ਅਸੀਂ ਤੁਹਾਨੂੰ ਸਾਫ਼ ਕਰ ਦਿੱਤਾ ਹੈ ਕਿ ਲਿਸਟ ਇੱਕ ਵੱਖਰੀ ਚੀਜ਼ ਆ ਜੀ, ਅਤੇ ਇਸ ਵੇਲੇ ਸੰਭਾਵਨਾ ਜਿਹੜੀ ਉਹ ਵੱਖਰੀ ਚੀਜ਼ ਆ। ਬਾਕੀ ਸਹੁੰ ਤੇ ਮੈਨੂੰ ਤੇ ਲੱਗਦਾ ਕਿ 101% ਉਹ ਚੁੱਕੀ ਜਾਣੀ ਹੈ, 60 ਦਿਨ ਦੇ ਅੰਦਰ ਅੰਦਰ ਚੁੱਕੀ ਜਾਏਗੀ। ਹੋ ਸਕਦਾ ਕੇਂਦਰ ਵੀ ਕਹਿ ਦੇਵੇ ਰਾਤ ਨੂੰ ਕੋਈ ਫੈਸਲਾ ਆ ਜਾਵੇ, ਸ਼ਾਮ ਨੂੰ ਕੋਈ ਫੈਸਲਾ ਆ ਜਾਵੇ। ਰਣਜੀਤ ਤੂਰ ਕਹਿੰਦੇ ਪੰਜਾਬ ਦੀ ਵਾਰੀ 25 ਜੂਨ ਨੂੰ ਹੈ, ਕੱਲ ਨੂੰ। ਹਾਂਜੀ ਬਿਲਕੁਲ, ਪੰਜਾਬ ਦੀ ਵਾਰੀ ਕੱਲ ਨੂੰ ਵਾਰੀ ਹੈ, ਤਾਂ ਵਾਰੀ ਸਿਰ ਲਿਸਟ ਲੱਗਦੀ ਹੁੰਦੀ, ਇਸ ਚੀਜ਼ ਨੂੰ ਥੋੜ੍ਹਾ ਆਪਾਂ ਨੂੰ ਅੰਡਰਸਟੈਂਡ ਕਰਨਾ ਪੈਣਾ ਆ।